ਇੱਕ ਇੱਕ ਮੈਂਬਰ ਆਊ, ਜਿਹੜਾ ਮੁਖੀ ਹੈ ਘਰ ਦਾ ਉਹ ਹੀ ਆਊਗਾ ਬਾਹਰ, ਠੀਕ ਹੈ, ਕੋਈ ਬਾਹਰ ਹੋਰ ਬੰਦਾ ਨਹੀਂ, ਬਾਕੀ ਸਭ ਅੰਦਰ। ਗੱਡੀ ਅੱਗੇ ਲਿਆਓ, ਗੱਡੀ ਅਗਲੀ ਵਾਰ ਫੇਰ ਮਿਲ ਗਿਆ ਸਰ, ਇਹਨਾਂ ਨੂੰ ਮਿਲ ਗਿਆ। ਉੱਥੇ ਹੀ ਰਹੀ ਤੁਸੀਂ ਸਰ, ਉਹ ਸਾਰਿਆਂ ਨੂੰ ਨਾ ਇਕੱਠੇ ਖੜਾਓ, ਥੋੜਾ ਪਿੱਛੇ ਆਓ, ਬੱਚੇ ਨੂੰ ਲਾਈਨ ਲਾਈਨ ਦੀ ਅੰਦਰ ਲਾਈਨ ਬਣਾ ਲਓ, ਥੋੜਾ ਦੂਰ ਅਬਲੋਵਾਲ ਪਿੰਡ 'ਚ ਜਿਹੜੀ ਸਿਗਲੇਗਰ ਬਸਤੀ ਆ ਉੱਥੇ ਅਸੀਂ ਆਏ ਹਾਂ ਇੱਥੇ, ਐਂਡ ਦੌਰਾਨੇ ਕਰਫਿਊ, ਇਹ ਬਹੁਤ ਹੀ ਹੈਂਡ ਟੂ ਮਾਊਥ ਲੋਕਾਂ ਦੀ ਬਸਤੀ ਆ, ਅਤੇ ਮਾਨਯੋਗ SSP ਪਟਿਆਲਾ ਸਰਦਾਰ ਮਨਦੀਪ ਸਿੰਘ ਸਿੱਧੂ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਸੀਂ ਇੱਥੇ ਅੱਧੇ ਘੰਟੇ ਪਹਿਲਾਂ ਤੋਂ ਅਨਾਊਂਸਮੈਂਟ ਕਰਾ ਰਹੇ ਹਾਂ ਕਿ ਇਹਨਾਂ ਨੇ ਆਪਦੇ ਘਰਾਂ 'ਚ ਰਹਿਣਾ ਹੈ, ਅਸੀਂ ਇਹਨਾਂ ਨੂੰ ਜਾ ਕੇ ਰਾਸ਼ਨ ਵੰਡਾਂਗੇ, ਅਸੀਂ ਵੀ ਮਾਸਕ ਲਾਵਾਂਗੇ, ਗਲਵਸ ਪਾਵਾਂਗੇ, ਸਾਰੀ ਪ੍ਰੀਕੋਸ਼ਨਸ ਅਸੀਂ ਵੀ ਵਰਤਾਂਗੇ, ਸੋਸ਼ਲ ਡਿਸਟੈਂਸਿੰਗ ਦੇ ਨੋਰਮ ਵੀ ਅਸੀਂ ਫੋਲੋ ਕਰਾਂਗੇ, ਅਤੇ ਇਹਨਾਂ ਨੂੰ ਅਸੀਂ ਡਰਾਈ ਰਾਸ਼ਨ ਪ੍ਰੋਵਾਈਡ ਕਰਾਵਾਂਗੇ ਤਾਂ ਕਿ ਆਪਦੇ ਘਰਾਂ 'ਚ ਰਹਿ ਕੇ ਬਣਾ ਲੈਣ, ਕਿਉਂਕਿ ਜਿਹੜੀ ਪੱਕੀ ਪਕਾਈ ਰੋਟੀ ਆ ਉਹ ਇੱਕ ਦਿਨ ਦਾ ਸੋਲਿਊਸ਼ਨ ਆ, ਦਿਸ ਇਜ਼ ਅ ਲੌਂਗ ਟਰਮ ਸੋਲਿਊਸ਼ਨ। ਇਸ ਤੋਂ ਇਲਾਵਾ ਅਸੀਂ ਸਟੇਟ ਗੌਰਮੈਂਟ ਅਤੇ DC ਸਾਹਿਬ ਦੇ ਜਿਹੜੇ ਬਾਕੀ ਕਰਫਿਊ ਰਿਲੇਟਡ ਦਿਸ਼ਾ ਨਿਰਦੇਸ਼ ਆ ਰਹੇ ਆ ਉਹ ਅਸੀਂ ਲੈਟਰ ਐਂਡ ਸਪਿਰਿਟ 'ਚ ਫੋਲੋ ਕਰ ਰਹੇ ਹਾਂ, ਅਤੇ ਮੈਂ ਅਤੇ DSP ਸਿਟੀ 1 ਯੋਗੇਸ਼ ਅਤੇ SHO ਸਿਵਲ ਲਾਈਨ ਰਾਹੁਲ ਕੌਸ਼ਲ ਦੀ ਟੀਮ ਅਸੀਂ ਅੱਜ ਇੱਥੇ ਆ ਕੇ ਡਿਸਟ੍ਰੀਬਿਊਸ਼ਨ ਅਸੀਂ ਕਰ ਲਾਂਗੇ।